ਦਸਵੇਂ ਪਾਤਸ਼ਾਹ ਜੀ ਨੇ ਆਪਣੇ ਸਿੱਖਾਂ ਨੂੰ ਆਖਿਆ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਾਰੇ ਦੇ ਅਰਥ ਕੋਈ ਦੱਸ ਸਕਦਾ? ਘੋੜੇ 'ਤੇ ਸਵਾਰ ਹੁੰਦਿਆਂ ਹੁੰਦਿਆਂ ਇੱਕ ਸਿੱਖ ਨੇ ਆਖਿਆ, ਮਹਾਰਾਜ ਜੀ ਤੁਸੀਂ ਕਿਰਪਾ ਕਰੋ, ਮੈਂ ਦੱਸਾਂਗਾ, ਆਪ ਜੀ ਘੋੜੇ 'ਤੇ ਸਵਾਰ ਹੋ। ਮਹਾਰਾਜ ਨੇ ਰੱਖਿਆ ਆਪਣਾ ਚਰਨ ਰਕਾਬ ਵਿੱਚ, ਘੋੜੇ ਦੇ ਉੱਪਰ ਸਵਾਰ ਹੋਏ। ਉਹਨੇ ਆਖਿਆ ਇੱਕ ਓਂਕਾਰ ਸਤਿਗੁਰ ਪ੍ਰਸਾਦ। ਮਹਾਰਾਜ ਨੇ ਆਖਿਆ ਨਿਹਾਲ ਹੋ ਗਿਆ ਤੂੰ, ਨਿਹਾਲ ਨਿਹਾਲ ਤੂੰ, ਬਹੁਤ ਖੁਸ਼ ਹੋਏ ਮਹਾਰਾਜ। ਹੁਣ ਜਿਹੜੇ ਲਾਗੇ ਬਾਕੀ ਵਿਦਵਾਨ ਸੀ ਉਹਨਾਂ ਨੂੰ ਥੋੜ੍ਹੀ ਜਿਹੀ ਪਰੇਸ਼ਾਨੀ ਹੋ, ਕਹਿੰਦੇ ਮਹਾਰਾਜ ਸਾਰੀ ਬਾਣੀ ਪਈ, ਅਜੇ ਸਾਰਾ ਗੁਰੂ ਗ੍ਰੰਥ ਸਾਹਿਬ ਜੀ ਸਰੂਪ ਪਿਆ, ਇੱਕ ਓਂਕਾਰ ਸਤਿਗੁਰ ਪ੍ਰਸਾਦ ਆਖਿਆ ਕਿੰਨਾ ਕਿਹਦੇ 'ਚ ਆ ਗਿਆ ਅਰਥ, ਇਹ ਕੀ ਵਿਦਵਤਾ ਹੋਈ। ਮਹਾਰਾਜ ਸਾਹਿਬ ਜੀ ਨੇ ਆਖਿਆ ਇੱਕ ਓਂਕਾਰ ਸਤਿਗੁਰ ਪ੍ਰਸਾਦ ਵਿੱਚ ਸਭ ਕੁਝ ਹੀ ਆ ਗਿਆ। ਸਤਿਗੁਰ ਪ੍ਰਸਾਦ ਦਾ ਅਰਥ ਹੈ ਗੁਰੂ ਦੀ ਕਿਰਪਾ। ਜਦ ਗੁਰੂ ਦੀ ਕਿਰਪਾ ਆ ਗਈ ਫਿਰ ਉਹਦੇ ਵਿੱਚ ਸਭ ਕੁਝ ਹੀ ਆ ਜਾਣਾ, ਸਭ ਗਿਆਨ ਆ ਜਾਣਾ, ਸਭ ਵਿੱਦਿਆ ਆ ਜਾਣੀ, ਸਭ ਕੁਝ ਦੁਨੀਆਂ ਦੇ ਸੁੱਖ ਪਰਲੋਕ ਤੱਕ। ਕਿਉਂਕਿ ਜਦੋਂ ਮਹਾਰਾਜ ਦੀ ਕਿਰਪਾ ਹੋ ਗਈ ਨਾ ਗੁਰਮੁਖੋ, ਉਦੋਂ ਫਿਰ ਗੁਣ ਅਵਗਣਾਂ ਦੇ ਵੀ ਨਹੀਂ ਵਿਚਾਰ ਕੀਤੇ ਜਾਂਦੇ। ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗਣ ਨਾ ਵਿਚਾਰੋ ਕੋਈ ਮਾਟੀ ਕਾ। ਜਦੋਂ ਕਿਰਪਾ ਹੀ ਹੋ ਗਈ ਉਹਦੇ ਵਿੱਚ ਸਭ ਕੁਝ ਹੀ ਆ ਜਾਂਦਾ। ਇਸ ਲਈ ਮਹਾਰਾਜ ਨੇ ਆਖਿਆ ਹਾਂ, ਪੂਰੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਜਿਹੜਾ ਅਰਥ ਆ, ਸਿਧਾਂਤ ਹੈ, ਤੱਤ ਹੈ, ਉਹ ਇੱਕ ਓਂਕਾਰ ਸਤਿਗੁਰ ਪ੍ਰਸਾਦ ਵਿੱਚ ਹੀ। ਸੋ ਇੱਕ ਓਂਕਾਰ ਸਤਿਗੁਰ ਪ੍ਰਸਾਦ। ਫਿਰ ਅੱਗੇ ਸਾਧ ਸੰਗਤ ਜੀ ਪਹਿਲੀ ਪੌੜੀ ਅਰਦਾਸ ਦੀ ਜਿਹੜੀ ਉਹ ਸ਼ੁਰੂ ਹੁੰਦੀ, ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲੋ ਰਾਮ। ਇਹ ਅਰਦਾਸ ਮਹਾਰਾਜ ਆਪਣੇ ਕੀਤੇ ਕਰਮਾਂ ਕਰਕੇ ਵਿਛੜ ਚੁੱਕੇ ਹਾਂ ਪਰਮੇਸ਼ੁਰ ਤੋਂ, ਤੁਸੀਂ ਕਿਰਪਾ ਕਰੋ ਸਾਡਾ ਮਿਲਾਪ ਹੋ ਜੀ, ਤੁਹਾਡੀ ਕਿਰਪਾ ਬਿਨਾਂ ਨਹੀਂ ਵਿਛੜੇ ਆਪਣੇ ਕਰਮਾਂ। ਕਿਉਂਕਿ ਹੁਣ ਵੀ ਜਿੰਨੇ ਜਿਸ ਤਰ੍ਹਾਂ ਦੇ ਅਸੀਂ ਕਰਮ ਕਰਦੇ ਹਾਂ ਪਰਮਾਤਮਾ ਦੇ ਨੇੜੇ ਵੀ ਹੋ ਸਕਦੇ ਹਾਂ, ਦੂਰ ਵੀ ਹੋ ਸਕਦੇ ਹਾਂ। ਕਰਮੀ ਆਪੋ ਆਪਣੀ ਕੇ ਨੇੜੇ, ਜੇ ਹੁਣ ਪੁੰਨ ਕਰਾਂਗੇ ਮਹਾਰਾਜ ਦੇ ਨੇੜੇ ਹੁੰਦੇ ਜਾਵਾਂਗੇ, ਨਿਤਨੇਮ ਕਰਾਂਗੇ, ਸਤਸੰਗਤ ਕਰਾਂਗੇ, ਸੇਵਾ ਕਰਾਂਗੇ, ਜੇ ਵਾਹਿਗੁਰੂ ਵਾਹਿਗੁਰੂ ਜਪਾਂਗੇ ਤਾਂ ਨੇੜੇ ਹੁੰਦੇ ਜਾਵਾਂਗੇ, ਅਤੇ ਜੇ ਨਹੀਂ ਕਰਾਂਗੇ ਤਾਂ ਦੂਰ ਹੁੰਦੇ ਜਾਵਾਂਗੇ। ਇਹ ਦੂਰੀ ਕਰਮਾਂ ਕਰਕੇ ਹੈ, ਆਪਣੇ ਕੀਤੇ ਕਰਮਾਂ ਕਰਕੇ। ਕਿਰਤ ਕਰਮ ਕੇ ਵਿਛੜੇ, ਵਿਛੜਨ ਦਾ ਜਿਹੜਾ ਸਾਧ ਸੰਗਤ ਜੀ ਬਣ ਗਿਆ ਨਾ ਬਹਾਨਾ, ਉਹ ਕਰਮ ਆ, ਪਰ ਮਿਲਣਾ ਉਹਦੀ ਕਿਰਪਾ ਨਾਲ। ਉਹਦੀ ਕਿਰਪਾ ਹੋਵੇਗੀ ਤਾਂ ਫਿਰ ਸ਼ੁੱਭ ਕਰਮ ਹੋਣੇ ਸ਼ੁਰੂ ਹੋ ਜਾਣਗੇ, ਕਰਮ ਵੀ ਫਿਰ ਫਲ ਦੇਣ ਲੱਗ ਪੈਂਦੇ ਚੰਗੇ ਕਰਮ, ਪਰ ਉਹਦੀ ਕਿਰਪਾ ਤੋਂ ਬਿਨਾਂ ਨਹੀਂ। ਇਸ ਕਰਕੇ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲੋ ਰਾਮ। ਮਹਾਰਾਜ ਕਿਰਪਾ ਕਰਕੇ ਆਪ ਜੀ ਸਾਨੂੰ ਮਿਲੋ। ਚਾਰ ਕੁੰਟ ਦਹਿ ਦਿਸ ਭਰਮੇ ਥਾ ਕਾਏ ਪ੍ਰਭ ਕੀ ਸਾਂ। ਚਾਰ ਕੁੰਟ ਦਹਿ ਦਿਸ ਭਰਮੇ, ਚਾਰ ਕੁੰਟ ਉੱਤਰ ਦੱਖਣ ਪੂਰਬ ਪੱਛਮ, ਚਾਰੇ ਦਿਸ਼ਾਵਾਂ ਦਹਿ ਦਿਸ, ਦੋ ਗੱਲਾਂ ਆ ਗਈਆਂ। ਚਾਰ ਕੁੰਟ ਦਹਿ ਦਿਸ, ਦਹਿ ਦਿਸ ਦਾ ਅਰਥ ਹੈ ਦਸ ਦਿਸ਼ਾਵਾਂ, ਚਾਰ ਕੁੰਟ ਦਸ ਦਿਸ਼ਾਵਾਂ, ਚਾਰ ਕੁੰਟ ਉੱਤਰ ਦੱਖਣ ਪੂਰਬ ਪੱਛਮ। ਇਹਦੀਆਂ ਇਹਦੇ ਚਾਰ ਕੋਨੇ, ਨੈਵ ਕੋਣ, ਨੈਰਤ ਕੋਣ, ਵੈਵ ਕੋਣ, ਜਿਹੜੇ ਚਾਰ ਇਹਦੇ ਇਹਦੀਆਂ ਜਿਹੜੇ ਉਹ ਇਹਨਾਂ ਦਿਸ਼ਾਵਾਂ ਦੇ ਵਿਚਲੇ ਹਿੱਸੇ, ਅੱਠ ਧਰਤੀ ਆਕਾਸ਼, ਇਹ ਦਸ ਹੋ ਗਏ। ਮਹਾਰਾਜ ਇਹਨਾਂ ਦਸਾਂ ਦਿਸ਼ਾਵਾਂ 'ਚ ਭਰਮ ਭਰਮ ਕੇ ਫਿਰ ਤੁਰ ਕੇ ਥੱਕ ਆਏ ਪ੍ਰਭ ਕੀ ਸਾਮ, ਥੱਕ ਕੇ ਮਹਾਰਾਜ ਆਪ ਜੀ ਦੀ ਓਟ 'ਚ ਆ ਗਏ। ਸਾਮ ਦਾ ਅਰਥ ਹੁੰਦਾ ਓਟ, ਮਹਾਰਾਜ ਤੁਹਾਡੀ ਓਟ 'ਚ ਆਏ, ਥੱਕ ਕੇ ਆਏ। ਗਲਤੀ ਉਹੀ ਹੋ ਗਈ ਨਾ ਜੀ, ਇੱਕ ਓਂਕਾਰ ਸਤਿਗੁਰ ਪ੍ਰਸਾਦ, ਤੁਹਾਡੀ ਕਿਰਪਾ ਬਿਨਾਂ ਗੱਲ ਨਹੀਂ ਬਣਨੀ। ਇਸ ਕਰਕੇ ਥੱਕ ਕੇ ਚਾਰਾਂ ਕੁੰਟਾਂ ਦਸਾਂ ਦਸਾਵਾਂ 'ਚ ਜਨਮ ਲੈਂਦੇ 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 ਥੱਕ ਕੇ ਮਹਾਰਾਜ ਆਪ ਜੀ ਦੀ ਓਟ 'ਚ ਆ ਗਈ। ਕਿਉਂ? ਕਿਉਂਕਿ ਤੁਹਾਡੀ ਓਟ ਬਿਨਾਂ ਆਸਰਾ ਨਹੀਂ ਹੈਗਾ, ਕੋਈ ਕੋਈ ਕਿਰਪਾ ਨਹੀਂ ਹੋ ਸਕਦੀ ਨਾ ਤੁਹਾਡੀ ਕਿਰਪਾ ਤੋਂ ਬਿਨਾਂ। ਇਹ 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 ਜਿਹੜਾ ਥਕੇਵਾਂ ਇਹ ਲੱਥਣਾ ਨਹੀਂ, ਇਹ ਤਾਂ ਕੰਮ ਚੱਲੀ ਜਾ ਰਿਹਾ।
ਜਿਹਨੂੰ ਮਹਾਰਾਜ ਕਹਿੰਦਾ ਫਿਰਤ ਫਿਰਤ ਪ੍ਰਭ ਆਇਆ ਪਰਿਆ ਤਾਂ ਸਰਨਾਏ ਨਾਨਕੀ ਪ੍ਰਭ ਬੇਨਤੀ। ਫਿਰਤ ਫਿਰਤ ਪ੍ਰਭ ਆਇਆ ਪਰਿਆ ਤਾਂ ਸਰ, ਫਿਰ ਫਿਰ ਕੇ ਥੱਕ ਥੱਕ ਕੇ ਬਹੁਤ ਜਨਮ ਵਿਛੜੇ ਥੇ ਮਾਧਵ ਜਨਮ ਤੁਮਾਰੇ ਲੇਖੇ। ਕਹਿੰਦੇ ਜਨਮ ਲੈਂਦਾ ਲੈਂਦਾ ਮੈਂ ਥੱਕ ਗਿਆ, ਫਿਰਦਾ ਫਿਰਦਾ ਅਖੀਰ ਆਪ ਜੀ ਦੀ ਸ਼ਰਨ ਵਿੱਚ ਆਇਆ। ਕਿਉਂਕਿ ਤੁਹਾਡੇ ਬਿਨਾਂ ਕਿ ਇਹ ਵੀ ਇੱਕ ਹੈਰਾਨੀ ਵਾਲੀ ਗੱਲ ਜੇ ਗੁਰਮੁਖੋ ਸੱਚ ਜੇ ਪਰਮਾਤਮਾ ਸਿੱਧਾ ਨਹੀਂ ਜੇ ਇੱਕ ਸਾਧ ਸੰਗਤ ਜੀ ਕਿਸੇ ਨੂੰ ਮੁਕਤੀ ਦਿੰਦਾ, ਇਹ ਅਸੂਲ ਹੀ ਨਹੀਂ ਹੈਗਾ ਪਰਮੇਸ਼ਰ ਦਾ ਵੀ ਸਿੱਧਾ ਕਿਸੇ ਨੂੰ ਮੁਕਤ ਕਰ ਦੇਣਾ। ਜਿਸ ਨੂੰ ਮੁਕਤ ਕਰਨਾ ਹੋਵੇਗਾ ਉਹਨੂੰ ਗੁਰੂ ਸਾਹਿਬ ਜੀ ਦੀ ਪਹਿਲਾਂ ਕਿਰਪਾ ਪ੍ਰਾਪਤ ਹੁੰਦੀ, ਪਰਮਾਤਮਾ ਪ੍ਰਸੰਨ ਹੋ ਕੇ ਉਹਨੂੰ ਗੁਰੂ ਚਰਨਾਂ ਨਾਲ ਜੋੜੇਗਾ, ਅੱਗਿਓਂ ਗੁਰੂ ਸਾਹਿਬ ਸਾਧ ਸੰਗਤ ਜੀ ਫਿਰ ਮੁਕਤੀ ਦਈ। ਆਹ ਵੇਖੋ ਤੁਸੀਂ ਬਾਣੀ ਪੜ੍ਹੋ, ਆਪਾਂ ਬਾਣੀ ਤੋਂ ਬਾਹਰ ਨਹੀਂ ਜਾਣਾ। ਜੇ ਕੋ ਗੁਰ ਤੇ ਵੇਮੁਖ ਹੋਏ ਬਣ ਸਤਿਗੁਰ ਮੁਕਤ ਨਾ ਪਾਵੇ, ਇਹਦਾ ਮਤਲਬ ਹੈ ਗੁਰੂ ਤੋਂ ਬਿਨਾਂ ਮੁਕਤੀ ਨਹੀਂ, ਪਰਮਾਤਮਾ ਸਿੱਧੀ ਮੁਕਤੀ ਨਹੀਂ ਦਿੰਦਾ। ਪਰਮਾਤਮਾ ਗੁਰੂ ਸਾਹਿਬ ਨਾਲ ਪ੍ਰੇਮ ਬਣਾ ਦੇਗਾ ਅਤੇ ਗੁਰੂ ਸਾਹਿਬ ਮੁਕਤ ਕਰ ਦੇਣਗੇ ਬੰਦੇ, ਇਹ ਸੌਖਾ ਕਾਰਜ ਹੈ। ਇਸ ਲਈ ਆਖਿਆ ਗੁਰਬਿਨ ਘੋਰ ਅਧਾਰ ਗੁਰੂ ਬਿਨ ਸਮਝ ਨਾ ਆਵੇ, ਗੁਰਬਿਨ ਸੁਰਤ ਨਾ ਸਿਹਤ, ਗੁਰੂ ਬਿਨ ਮੁਕਤ ਨਾ ਪਾਵੇ। ਮੁਕਤੀ ਪਰਮਾਤਮਾ ਦੇ ਦਰੋਂ ਹੀ ਮਿਲਣੀ ਹੈ, ਪਰ ਦਵਾਉਣੀ ਗੁਰੂ ਸਾਹਿਬ ਨੇ, ਸਿੱਧੀ ਨਹੀਂ ਪਰਮਾਤਮਾ ਨੇ ਦੇਣੀ। ਜੇ ਕੋ ਗੁਰ ਤੇ ਵੇਮੁਖ ਹੋਏ ਬਿਨ ਸਤਿਗੁਰ ਮੁਕਤ ਨਾ ਪਾਵੇ, ਪਾਵੇ ਮੁਕਤ ਨਾ ਔਰਥ ਕੋਈ, ਪੁੱਛੋ ਪਾਵੇ ਮੁਕਤ ਨਾ ਔਰਥ ਹੈ ਕੋਈ। ਜੇ ਪਰਮਾਤਮਾ ਤੋਂ ਵੀ ਮਿਲ ਸਕਦੀ, ਕਹਿਣਾ ਹੈ ਵੀ ਗੁਰੂ ਤੇ ਪਰਮਾਤਮਾ ਤੋਂ ਬਿਨਾਂ। ਪਰ ਮਹਾਰਾਜ ਤੀਸਰੇ ਪਾਤਸ਼ਾਹ ਕਹਿੰਦੇ ਨਹੀਂ, ਗੁਰੂ ਤੋਂ ਬਿਨਾਂ ਹੋਰ ਕਿਤਿਓਂ ਵੀ ਨਹੀਂ, ਪਰਮਾਤਮਾ ਦੇ ਦਰ ਤੋਂ ਵੀ ਮੁਕਤੀ ਗੁਰੂ, ਕਿਉਂਕਿ ਵਿਚੋਲੇ ਆ ਨਾ ਮਹਾਰਾਜ ਗੁਰੂ ਸਾਹਿਬ ਜੀ, ਗੁਰੂ ਬਿਨਾਂ ਤਾਂ ਪਾਰ ਉਤਾਰਾ ਹੀ ਹੈ ਨਹੀਂ। ਪੁੱਛ ਲਓ ਕਹਿੰਦੇ ਗਿਆਨਵਾਨਾਂ ਨੂੰ ਜਾ ਕੇ, ਪਾਵੇ ਮੁਕਤ ਨਾ ਔਰਥ ਕੋਈ, ਪੁੱਛੋ ਵੇਕੀਆਂ ਜਾਏ, ਅਨੇਕ ਜੂਨੀ ਭਰਮ ਆਵੇ ਬਿਨ ਸਤਿਗੁਰ ਮੁਕਤ, ਅਨੇਕਾਂ ਜੂਨਾਂ 'ਚ ਤੁਰਿਆ ਫਿਰ ਤੋਂ ਅਨੇਕਾਂ ਚਾਰ ਕੁੰਟ ਦਾ ਦਿਸ਼, ਜਿਵੇਂ ਮੂਲਾ ਖੱਤਰੀ ਕਿੱਥੇ ਜਾ ਕੇ ਸ਼ਿਕਾਰ ਘਾਟ ਸ਼ਿਕਾਰ ਕੀਤਾ ਦਸਵੇਂ ਪਾਤਸ਼ਾਹ, ਵਿਛੜਿਆ ਤਾਂ ਸਿਆਲਕੋਟ ਤੋਂ ਸੀ, ਮਾਰਦੇ ਹਜ਼ੂਰ ਸਾਹਿਬ ਮਹਾਰਾਜ ਗਏ ਨੂੰ, ਉਹਨੂੰ ਕਿੰਨੇ ਜਨਮ ਲੈ ਕੇ ਕਿੱਥੇ ਕਿੱਥੇ ਜਨਮ ਲੈ ਰਿਹਾ ਬੰਦਾ। ਇਸ ਲਈ ਕਹਿੰਦੇ ਥੱਕ ਗਏ ਆ, ਅਨੇਕ ਜੂਨੀ ਪਰਮਾਵੇ ਬਿਨ ਸਤਿਗੁਰੂ ਮੁਕਤ ਨਾ ਪਾਏ, ਫਿਰ ਮੁਕਤ ਪਾਏ ਲਾਗ ਚਰਣੀ। ਕਹਿੰਦੇ ਮੁਕਤੀ ਉਦੋਂ ਹੀ ਮਿਲੂ ਜਦੋਂ ਗੁਰੂ ਦੇ ਚਰਨੀ ਲੱਗੋ। ਇਸ ਲਈ ਜਿਹੜਾ ਗੁਰੂ ਚਰਨਾਂ ਵਿੱਚ ਆ ਗਿਆ ਸਮਝ ਲਓ ਉੱਤੇ ਪਰਮਾਤਮਾ ਪ੍ਰਸੰਨ ਹੈ, ਪਰ ਗੁਰੂ ਸਾਹਿਬ ਜੀ ਦੇ ਰਾਹੀਂ ਕਿਰਪਾ ਹੋਣੀ। ਇਸ ਲਈ ਆਖਿਆ ਮਹਾਰਾਜ ਫਿਰ ਫਿਰ ਕੇ ਥੱਕ ਕੇ ਆਪ ਜੀ ਦੀ ਓਟ ਚਾਹ ਗਏ, ਚਾਰ ਕੁੰਟ ਦਾ ਦਿਸ ਭਰਮੇ ਥੱਕ ਆਏ ਪ੍ਰਭ ਕੀ ਸਾਮ, ਸਾਮ ਦਾ ਅਰਥ ਓਟ, ਧੇਨ ਦੁੱਧਾ ਤੇ ਬਾਹਰੀ ਕਿਤੇ ਨਾ ਆਵੇ ਕਾਮ, ਧੇਨ ਹੁੰਦੀ ਗਊ, ਦੁੱਧਾ ਤੇ ਬਾਹਰੀ ਦਰ ਜਿਹੜਾ ਦੁੱਧ ਦੇ ਨੂੰ ਅੜ ਜਾਏ, ਕਿਤੇ ਨਾ ਆਵੇ ਕਾਮ ਦਾ ਮਤਲਬ ਕਿਸੇ ਕੰਮ ਨਹੀਂ ਆਉਂਦੀ। ਇੱਥੇ ਮੱਝ ਕਿਉਂ ਨਹੀਂ ਆਖਿਆ ਮਹਾਰਾਜ ਨੇ, ਦੁੱਧ ਤਾਂ ਮੱਝ ਵੀ ਦਿੰਦੀ ਹੈ, ਬੱਕਰੀਆਂ ਵੀ ਦਿੰਦੀਆਂ, ਪਰ ਗਊ ਆਖਿਆ ਕਿਉਂ? ਕਿਉਂਕਿ ਮੱਝ ਪਿੰਡਾਂ 'ਚ ਆਪਾਂ ਨੂੰ ਪਤਾ ਮੱਝ ਅਗਰ ਦੁੱਧ ਦੇਣੋਂ ਹਟ ਜਾਂਦੀ ਸੀ ਤਾਂ ਉਹਨੂੰ ਹਲੇ ਜੋੜ ਲੈਂਦੇ ਸੀ ਲੋਕ, ਗਊ ਨੂੰ ਨਹੀਂ ਜੋੜਦੇ ਹਲੇ। ਗਊ ਦੁੱਧ ਦੇਣੋਂ ਗਈ ਤਾਂ ਕਿਸੇ ਕੰਮ ਦੀ ਨਹੀਂ, ਹਾਂ ਦੁੱਧ ਦਿੰਦੀ ਤਾਂ ਉਹਦੀ ਖੁਰਲੀ ਵੱਖਰੀ ਹੁੰਦੀ ਪਿੰਡਾਂ 'ਚ, ਉਹਨੂੰ ਹਰੇ ਹਰੇ ਪੱਠੇ ਪਾਉਣੇ, ਲੈਰੇ ਲੈਰੇ ਆਖਣਾ ਲਵੇਰੀ ਆ। ਜਿਉਂ ਹੀ ਉਹ ਫੰਡਰ ਹੋਈ ਦੁੱਧ ਤੋਂ ਭੱਜੀ, ਤੋਕੜ ਜਿਹਨੂੰ ਪਿੰਡਾਂ 'ਚ ਕਹਿੰਦੇ ਸੀ, ਉਹਦੀ ਖੁਰਲੀ ਪਿੱਛੇ ਕਰ ਦੇਣੀ, ਉਸੇ ਵੇਲੇ ਬਾਪੂ ਨੇ ਆਖਣਾ ਇਹਦੀ ਉਹ ਪਿੱਛੇ ਕਰਦੇ ਖੁਰਲੀ, ਹੁਣ ਇਹਨੂੰ ਰੋਲ ਖੋਲ ਮਿਲੂਗਾ, ਕਿਉਂ ਹੁਣ ਨਹੀਂ ਕਿਸੇ ਕੰਮ ਦੀ, ਦੁੱਧ ਦਿੰਦੀ ਆ ਤੇ ਕੰਮ ਦੀ, ਹੁਣ ਹਾਲੇ ਤਾਂ ਜੋੜਦੀ ਨਹੀਂ। ਇਸ ਲਈ ਮਹਾਰਾਜ ਕਹਿੰਦੇ ਧੇਨ ਦੁੱਧਾ ਤੇ ਬਾਹਰੀ ਕਿਤੇ ਨਾ ਆਵੇ ਕੰਮ, ਦੁੱਧ ਤੋਂ ਬਿਨਾਂ ਗਊ ਕਿਸੇ ਕੰਮ ਨਹੀਂ ਆਉਂਦੀ ਤੇ ਨਾਮ ਤੋਂ ਬਿਨਾਂ ਦੇਹ ਕਿਸੇ ਕੰਮ ਨਹੀਂ ਆਉਣੀ, ਇਹ ਹੈ ਇਸ ਪੌੜੀ ਦਾ ਸਿਧਾਂਤ। ਜਿਵੇਂ ਦੁੱਧ ਤੋਂ ਬਿਨਾਂ ਗਊ ਨਹੀਂ ਨਾ ਕਿਸੇ ਕੰਮ ਆਉਣੀ, ਨਾਮ ਤੋਂ ਬਿਨਾਂ ਦੇਹ ਕਿਸ ਕੰਮ ਹੈ ਜੀ, ਜਲ ਬਿਨ ਸਾਖ ਕੁਮਲਾਪਤੀ ਉਪਜੈ ਨਾ ਹੀ ਦਾਂ,
ਕਹਿੰਦੇ ਪਾਣੀ ਤੋਂ ਬਿਨਾਂ ਜਿਹੜੀ ਖੇਤੀ ਸੁੱਕ ਜਾਂਦੀ ਆ ਉਹ ਤੋਂ ਦਮੜੇ ਤਾਂ ਨਹੀਂ ਉਪਜਣੇ ਨਾ, ਦਮੜੇ ਥੋੜ੍ਹੋ ਬੀਜੀਦੇ ਆ ਪਹਿਲੇ 'ਚ, ਖੇਤ 'ਚ ਦਮੜੇ ਨਹੀਂ ਬੀਜੀਦੇ ਨਾ ਦਮੜੇ ਉੱਗਦੇ ਆ, ਬੀਜੀ ਦੀ ਖੇਤੀ ਆ, ਲੇਕਿਨ ਖੇਤੀ ਵਧੀਆ ਹੋ ਜਾਵੇ ਤਾਂ ਦਮੜੇ ਹੀ ਮਿਲਦੇ ਉਹਦੇ ਤੋਂ। ਕਹਿੰਦੇ ਹੁਣ ਪਾਣੀ ਤੋਂ ਬਿਨਾਂ ਖੇਤੀ ਸੁੱਕ ਗਈ, ਮਿਹਨਤ ਬਿਨਾਂ ਜੋ ਖੇਤੀ ਜਾ ਸੁਖਣੀ ਸਾਹਿਬ 'ਚ ਮਹਾਰਾਜ ਨੇ ਆਖਿਆ, ਕਹਿੰਦੇ ਪਾਣੀ ਤੋਂ ਬਿਨਾਂ ਖੇਤੀ ਚਲੀ ਜਾਂਦੀ ਨਾ ਜੀ, ਜਿਵੇਂ ਪਾਣੀ ਤੋਂ ਬਿਨਾਂ ਖੇਤੀ ਕੋਈ ਦਮੜਾ ਨਹੀਂ ਪੈਦਾ ਕਰ ਸਕਦੀ, ਇਵੇਂ ਨਾਮ ਤੋਂ ਬਿਨਾਂ ਇਹ ਦੇਹ ਸਤਸੰਗ ਜੀ ਕਿਸੇ ਕਾਰਜ ਨਹੀਂ, ਇਹ ਵਿਅਰਥ ਹੈ। ਹਰ ਨਾਹ ਨਾ ਮਿਲੀਏ ਸਾਜਨ ਕੱਤ ਪਾਈਏ ਬਿਸਰਾਮ। ਕਹਿੰਦੇ ਜਦੋਂ ਤੱਕ ਗੁਰਪਤੀ ਪਰਮਾਤਮਾ ਨਾਲ ਮਿਲਾਪ ਨਹੀਂ ਹੁੰਦਾ ਗੁਰਮੁਖੋ, ਤਾਂ ਵਿਸ਼ਰਾਮ ਕਿਵੇਂ ਮਿਲੇਗਾ? ਇਹ ਤਾਂ ਜੂਨ ਇੱਕ ਤੋਂ ਬਾਅਦ ਦੂਜੀ, ਫਿਰ ਚੌਥੀ, ਫਿਰ ਅੱਗਿਓਂ ਸੈਂਕੜੇ ਕਈ ਜਨਮ ਭਏ ਕੀਟ ਪਤੰਗਾ, ਇਹ ਤਾਂ ਵਿਸ਼ਰਾਮ ਹੈਗਾ ਨਹੀਂ। ਮਹਾਰਾਜ ਦੀ ਪ੍ਰਾਪਤੀ ਤੋਂ ਬਿਨਾਂ ਕਿਤੇ ਵਿਸ਼ਰਾਮ ਹੈਗਾ? ਇਹ ਤਾਂ ਬਹੁਤ ਲੰਬਾ ਕੰਮ ਚੱਲਣਾ। ਜਿਤ ਘਰ ਹਰ ਕੰਤ ਨਾ ਪ੍ਰਗਟਈ, ਜਿਸ ਹਿਰਦੇ ਘਰ 'ਚ ਸਾਧ ਸੰਗਤ ਜੀ ਉਹ ਪ੍ਰਗਟ ਨਹੀਂ ਹੁੰਦਾ ਪਰਮਾਤਮਾ, ਉਹਦਾ ਪ੍ਰੇਮ ਪ੍ਰਗਟ ਨਹੀਂ ਹੁੰਦਾ ਜਿਸ ਹਿਰਦੇ। ਭੱਠ ਨਗਰ ਸੇ ਗ੍ਰਾਮ, ਮਹਾਰਾਜ ਕਹਿੰਦੇ ਉਹ ਬਲਦੇ ਭੱਠੇ ਦੀ ਤਰ੍ਹਾਂ, ਉਹ ਭਾਵੇਂ ਪਿੰਡ ਨੇ ਅਤੇ ਭਾਵੇਂ ਸ਼ਹਿਰ ਨੇ, ਜਿੱਥੇ ਪਰਮਾਤਮਾ ਨੇ, ਮਹਾਰਾਜ ਨੇ ਆਖਿਆ ਜੀ ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪੈਰ, ਕਿਉਂ ਆਖਿਆ ਸੀ? ਅੰਮ੍ਰਿਤ ਵੇਲੇ ਖੂਨ ਦੀਆਂ ਭਰੀਆਂ ਨਾਲੀਆਂ, ਇੰਨੇ ਪਸ਼ੂ ਮਾਰ ਦਿੰਦੇ ਸੀ ਉਹ ਲਾਹੌਰ ਦੇ ਵਿੱਚ ਸਵੇਰੇ ਸਵੇਰੇ, ਕਿਉਂਕਿ ਅੰਮ੍ਰਿਤ ਵੇਲੇ ਵੱਢੇ ਜਾਂਦੇ ਪਸ਼ੂ, ਜਿਹੜੇ ਬੱਕਰ ਮੰਡੀ ਜਾਂਦੇ ਆ ਕੰਮ ਕਰਦੇ ਉਹਨੂੰ ਪਤਾ ਸਵੇਰੇ ਸਵੇਰੇ ਵੱਢਣੇ ਹੁੰਦੇ ਉਹਨਾਂ ਨੇ, ਕਿਉਂਕਿ ਅਗਲੇ ਨੇ ਸਵੇਰੇ ਸਵੇਰੇ ਲਿਜਾ ਕੇ ਛਿੱਲ ਪੱਤ ਕਰਕੇ ਉਹਦੀ ਅਤੇ 9 ਵਜੇ ਆਪਣੀ ਦੁਕਾਨ ਖੋਲ੍ਹਣੀ ਹੁੰਦੀ। ਅੰਮ੍ਰਿਤ ਵੇਲੇ ਕਤਰੋਵਾਰਤ ਹੁੰਦੀ ਸੀ ਪਸ਼ੂਆਂ ਨੂੰ ਮਾਰਨ ਦੀ। ਮਹਾਰਾਜ ਕਹਿੰਦੇ ਉਹ ਇਹ ਤਾਂ ਅੰਮ੍ਰਿਤ ਵੇਲਾ ਪਰਮੇਸ਼ਰ ਨੂੰ ਜਪਣ ਦਾ ਕੀ ਬਣ ਰਿਹਾ ਲਾਹੌਰ ਸ਼ਹਿਰ? ਲਾਹੌਰ ਸ਼ਹਿਰ ਬਹੁਤ ਪੁਰਾਣਾ ਜੀ, ਅੰਮ੍ਰਿਤਸਰ ਬਹੁਤ ਬਾਅਦ 'ਚ ਵਸਿਆ। ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪੈਰ, ਕਹਿੰਦੇ ਆਹੀ ਸਵਾ ਪੈਰ ਨਾਮ ਜਪਣ ਲਈ ਸੀ, ਵਾਹਿਗੁਰੂ ਜਪਣ ਲਈ ਸੀ, ਇਹੀ ਸਵਾ ਪੈਰ ਇੰਨੇ ਡੰਗਰ ਪਸ਼ੂ ਮਾਰ ਦਿੱਤੇ ਜਾਂਦੇ, ਕਹਿਰ ਹੀ ਵਰਤ ਰਿਹਾ ਹੁੰਦਾ। ਜਿਤ ਘਰ ਹਰ ਕੰਤ ਨਾ ਪ੍ਰਗਟੇ, ਭੱਠ ਨਗਰ ਸੇ ਗ੍ਰਾਮ, ਕਹਿੰਦੇ ਭਾਵੇਂ ਉਹ ਸ਼ਹਿਰ ਨੇ ਅਤੇ ਭਾਵੇਂ ਪਿੰਡ ਨੇ, ਜਿੱਥੇ ਪਰਮੇਸ਼ਰ ਨੂੰ ਨਹੀਂ ਨਾ ਸਵੇਰੇ ਸਵੇਰੇ ਜਪਿਆ ਜਾਂਦਾ, ਜਿੱਥੇ ਸਵੇਰੇ ਉੱਠਦੇ ਪਾਪ ਸ਼ੁਰੂ ਹੋ ਜਾਂਦੇ। ਮਹਾਰਾਜ ਕਹਿੰਦੇ ਉੱਥੇ ਭੱਠੇ ਆ, ਭੱਠੇ ਗੁਰਮੁਖੋ ਬਲਦੇ ਤਾਪਦੇ ਭੱਠੇ, ਉਹ ਭਾਵੇਂ ਸਰੀਰ ਨੇ ਅਤੇ ਭਾਵੇਂ ਪਿੰਡ ਸ਼ਹਿਰ ਨੇ। ਤਾਂ ਮਹਾਰਾਜ ਕਹਿੰਦੇ ਜਿੱਥੇ ਨਾਮ ਜਪੀਏ ਪਰ ਪਿਆਰੇ ਸਿਆਸਰ ਚੋਣ ਸੌਣ ਚੁਬਾਰੇ, ਜਿੱਥੇ ਨਾਮ ਨਾ ਜਪੀਏ ਮੇਰੇ ਗੋਇੰਦਾ ਸਹੀ ਨਗਰ। ਮਹਾਰਾਜ ਕਹਿੰਦੇ ਨਾਮ ਹੀ ਨਹੀਂ ਕਿਸੇ ਨੇ ਜਪਣਾ, ਉਹ ਨਗਰ ਹੀ ਉੱਜੜ ਜਾਣੇ, ਉਹ ਉਜਾੜ ਹੀ ਹੈ, ਵੱਸਦੇ ਵੀ ਉਜਾੜ ਹੀ ਹੈ। ਸਰਬ ਸਿੰਗਾਰ ਤੰਬੋਲ ਰਸ ਸਣ ਦੇਹੀ ਸਭ ਖਾਂ, ਸਰਬ ਸਿੰਗਾਰ ਤੰਬੋਲ ਰਸ, ਕਹਿੰਦੇ ਇਹ ਇਸ ਦੇਹੀ 'ਤੇ ਸ਼ਿੰਗਾਰ ਕੀਤਾ ਜਾਂਦਾ ਨਾ ਜੀ, ਸ਼ਿੰਗਾਰ ਸਾਰੇ ਦੇਹ 'ਤੇ ਕੀਤੇ ਜਾਂਦੇ ਸਰੀਰ 'ਤੇ। ਮਹਾਰਾਜ ਕਹਿੰਦੇ ਸਰੀਰ ਸਮੇਤ ਸਾਰੇ ਸ਼ਿੰਗਾਰ ਕਿਸੇ ਕੰਮ ਨਹੀਂ ਜੇ ਪਰਮਾਤਮਾ ਦਾ ਨਾਮ ਨਹੀਂ ਹੈਗਾ। ਪੰਜਵੇਂ ਪਾਸੇ ਦਾ ਬੜਾ ਪਿਆਰਾ ਬਚਨ ਹੈ, ਉਹ ਕਹਿੰਦੇ ਦੁਲੱਭ ਦੇ ਪਾਈ ਵਡ ਭਾਗੇ, ਨਾਮ ਨਾ ਜਪੈ ਤੇ ਆਤਮ ਘਾਤੀ, ਮਰਨਾ ਜਾਹੀ ਜਿਹਨਾਂ ਬਿਸਰਤ ਰਾਮ, ਨਾਮ ਵਿਹੂਣ ਜੀਵਨ ਕੌਣ ਕਾਮ। ਖਾਤ ਪੀਤ ਖੇਲਤ ਹਸਤ ਵਿਸਥਾਰ ਕੌਣ ਅਰਥ ਮ੍ਰਿਤਕ ਸੀਗਾ। ਕਹਿੰਦੇ ਗੁਰਮੁਖੋ ਖਾ ਲਿਆ ਪੀ ਲਿਆ ਹੱਸ ਲਿਆ ਖੇਡ ਲਿਆ, ਇਹ ਕਿਹੜੇ ਕੰਮ ਆਵੇਗਾ ਸਾਰਾ ਖਾਣਾ ਪੀਣਾ ਹੱਸਣਾ ਖੇਡਣਾ, ਕੌਣ ਅਰਥ ਮ੍ਰਿਤਕ ਸੀਗਾ। ਕਹਿੰਦੇ ਤੇ ਜਿਵੇਂ ਮੁਰਦੇ ਦਾ ਸ਼ਿੰਗਾਰ ਕੀਤਾ ਨਾ ਕਿਸੇ ਕੰਮ ਨਹੀਂ ਹੁੰਦਾ, ਮਰ ਗਏ ਸਰੀਰ ਦਾ ਸ਼ਿੰਗਾਰ ਕੀ ਹੈ ਜੀ, ਜਿੰਨੇ ਆਪਾਂ ਬੱਤੀ ਸ਼ਿੰਗਾਰ ਕਰੋ ਮਰੇ ਨੂੰ, ਮਰ ਚੁੱਕੇ ਸ਼ਿੰਗਾਰ ਕਿਸੇ ਕੰਮ ਆਉਂਦਾ?
ਕੌਣ ਅਰਥ ਮ੍ਰਿਤਕ ਸਿੰਗਾਰ ਜੋ ਨਾ ਸੁਣੇ ਜਸ ਪਰਮਾਨੰਦਾ ਪਸ ਪੰਖੀ ਤ੍ਰਿਪਤ ਜੋਣ ਤੇ ਮੰਦਾ। ਪੰਜਵੇਂ ਪਾਤਸ਼ਾਹ ਕਹਿੰਦੇ ਜਿਹੜਾ ਪਰਮਾਤਮਾ ਦਾ ਜਸ ਨਹੀਂ ਸੁਣਦੇ ਉਹ ਪਸ਼ੂਆਂ ਤੋਂ ਪੰਛੀਆਂ ਤੋਂ ਤ੍ਰਿਕਤ ਜੋਣ ਤੋਂ ਵੀ ਮੰਦੇ ਆ, ਕਿਸੇ ਕੰਮ ਸ਼ਿੰਗਾਰ ਨਹੀਂ ਆਉਣੇ। ਇਹ ਸ਼ਿੰਗਾਰ ਕੱਲਾ ਇਹ ਨਹੀਂ ਹੁੰਦਾ ਵੀ ਆਪਾਂ ਜਿਹਨੂੰ ਅੱਜ ਕੱਲ੍ਹ ਆਪਾਂ ਸ਼ਿੰਗਾਰ ਦਾ ਮਤਲਬ ਕਈਆਂ ਦੀ ਕਈਆਂ ਨੂੰ ਮਤਲਬ ਜਿਹੜੀ ਚੀਜ਼ ਆਪਣੀ ਦੇਹ ਕਰਕੇ ਪ੍ਰਭਾਵ ਪਾਉਂਦੀ ਉਹ ਫੌਜਾਂ ਵੀ ਹੋ ਸਕਦੀਆਂ, ਮਾਇਆ ਵੀ ਹੋ ਸਕਦੀ, ਅਕਲ ਵੀ ਹੋ ਸਕਦੀ, ਉੱਚਾ ਅਹੁਦਾ ਵੀ ਹੋ ਸਕਦਾ ਅਤੇ ਇਸ ਦੇਹ ਨੂੰ ਸ਼ਿੰਗਾਰਨਾ ਵੀ ਹੋ ਸਕਦਾ। ਕਹਿੰਦੇ ਕਿਸੇ ਕੰਮ ਥੋੜ੍ਹੋ ਇਹ ਚੀਜ਼ਾਂ, ਜੇ ਨਾਮ ਹੀ ਨਹੀਂ ਪਰਮਾਤਮਾ ਦਾ ਫਿਰ ਤਾਂ ਕਹਿੰਦੇ ਜਿਵੇਂ ਮੁਰਦੇ ਨੂੰ ਸ਼ਿੰਗਾਰ ਲਓ ਤੁਸੀਂ। ਕੌਣ ਅਰਥ ਮ੍ਰਿਤਕ ਸਿੰਗਾਰ, ਕਿਹੜੇ ਅਰਥ ਆਵੇਗਾ ਜੀ ਮੁਰਦੇ ਦਾ ਸ਼ਿੰਗਾਰ। ਸਰਬ ਸਿੰਗਾਰ ਕੰਬੋਲਰਾ ਸਣ ਦੇਹੀ ਸਭ ਖਾਮ ਪ੍ਰਭ ਸੁਆਮੀ ਕੰਤ ਵਿਹੋਣੀਆਂ। ਕਹਿੰਦੇ ਉਸ ਕੰਤ ਤੋਂ ਬਿਨਾਂ ਮੀਤ ਸੱਜਣ ਸਭ ਜਿੰਨੇ ਮਰਜ਼ੀ ਸੱਜਣ ਮਿੱਤਰ ਬਣਾ ਲਾ ਇਹ ਵੀ ਤੇਰੇ ਵਾਸਤੇ ਜਾਮ ਹੀ ਹੋ ਜਾਣਗੇ, ਤੈਨੂੰ ਜਮਾਂ ਤੋਂ ਛਡਾ ਨਹੀਂ ਸਕਣਗੇ ਉਹਦੇ ਤੋਂ ਬਿਨਾਂ। ਨਾਨਕ ਕੀ ਬੇਨੰਤੀਆ ਕਰ ਕਿਰਪਾ ਦੀਜੈ ਨਾਮ। ਇਸ ਲਈ ਕਹਿੰਦੇ ਸਾਡੀ ਬੇਨਤੀ ਇਹ ਹੈ ਮਹਾਰਾਜ ਕਿਰਪਾ ਕਰਕੇ ਨਾਮ ਬਖਸ਼ੋ ਨਾਮ, ਕਿਉਂਕਿ ਨਾਮ ਤੋਂ ਬਿਨਾਂ ਇਹ ਸਰੀਰ ਇਵੇਂ ਹੈ ਜਿਵੇਂ ਦੁੱਧ ਤੋਂ ਬਿਨਾਂ ਗਊ, ਜਿਵੇਂ ਪਾਣੀ ਤੋਂ ਬਿਨਾਂ ਖੇਤੀ ਕਿਸੇ ਕੰਮ ਦੀ ਨਹੀਂ, ਜਿਵੇਂ ਮੁਰਦੇ ਦਾ ਸ਼ਿੰਗਾਰ ਇਹ ਕਿਸੇ ਕੰਮ ਨਹੀਂ ਚੀਜ਼ਾਂ ਬਿਨਾਂ ਨਾਮ ਤੋਂ। ਇਸ ਲਈ ਮਹਾਰਾਜ ਕਿਰਪਾ ਕਰਕੇ ਨਾਮ ਦੀ ਦਾਤ ਬਖਸ਼ੋ। ਹਰ ਮੇਲੋ ਸੁਆਮੀ ਸੰਗ ਪ੍ਰਭ ਜਿਸ ਕਾ ਨੇਹ ਚਿਲਤਾ। ਮਹਾਰਾਜ ਉਸ ਸੁਆਮੀ ਨਾਲ ਮਿਲਾਪ ਕਰਾਓ, ਕਿਸ ਨਾਲ? ਹਰ ਮੇਲੋ ਸੁਆਮੀ ਸੰਗ ਪ੍ਰਭ, ਮਹਾਰਾਜ ਉਸ ਪ੍ਰਭੂ ਨਾਲ ਮਿਲੋ, ਕਿਸ ਪ੍ਰਭੂ ਨਾਲ? ਜਿਸ ਕਾ ਨੇਹ ਚਿਲਤਾ, ਜਿਹਦਾ ਘਰ ਅਚਲ ਹੈ, ਜਿਹਦਾ ਟਿਕਾਣਾ ਜਿਹੜਾ ਸਤਸੰਗ ਜੀ ਬਦਲਣ ਵਾਲਾ ਨਹੀਂ, ਜਿਸ ਦੇ ਚਰਨਾਂ 'ਚ ਗਏ ਨੂੰ ਮੁੜ ਕੇ ਕੋਈ ਬਾਕੀ ਖਤਰਾ ਕਿਸੇ ਪ੍ਰਕਾਰ ਦਾ ਜਾਮ ਧਰਮਰਾਜ 84 ਨਰਕ ਰਹਿ ਨਹੀਂ ਜਾਂਦਾ, ਐਸਾ ਸੱਚੇ ਪਾਤਸ਼ਾਹ ਤੁਸੀਂ ਉਹ ਅਚਲ ਟਿਕਾਣਾ ਬਖਸ਼ੋ। ਇਹ ਸਭ ਸੰਗਤ ਜੀ ਇੱਥੋਂ ਤੱਕ ਸੀਗੇ ਅਰਦਾਸ ਦੀ ਪੌੜੀ, ਇਹ ਅਰਦਾਸ ਕਰਨੀ ਚਾਹੀਦੀ ਮਹਾਰਾਜ ਕਿਰਤ ਕਰਮ ਕਈ ਵਿਛੜੇ ਕਰ ਕਿਰਪਾ ਮਿਲੋ ਰਾਮ। ਛੇਤੀ ਛੇਤੀ ਆਪਾਂ ਅਰਥ ਕੀਤੇ ਸਮੇਂ ਦੀ ਮਜਬੂਰੀ ਕਰਕੇ, ਇਹ ਅਰਦਾਸ ਹੈ। ਅਤੇ ਅਰਦਾਸ ਵੇਖੋ ਤੁਸੀਂ ਅੱਜ ਦੀ ਨਹੀਂ ਜੇ ਚੱਲਦੇ, ਜਦੋਂ ਤੋਂ ਸੰਸਾਰ ਚੱਲਿਆ ਪ੍ਰਾਣੀ ਮਨੁੱਖ ਨੇ ਜਦੋਂ ਤੋਂ ਜਨਮ ਲਿਆ ਨਾ ਜੀ ਧਰਤੀ 'ਤੇ ਉਦੋਂ ਤੋਂ ਅਰਦਾਸ ਆਉਂਦੀ। 98 ਵਾਰੀ ਅਰਦਾਸ ਲਫ਼ਜ਼ ਆਇਆ ਗੁਰੂ ਗ੍ਰੰਥ ਸਾਹਿਬ ਮਹਾਰਾਜ, ਲਗਭਗ 100 ਵਾਰ ਅਰਦਾਸ ਵਜ ਵੀ ਅਰਦਾਸ ਕਰਦੇ ਰਹਿਣਾ ਚਾਹੀਦਾ। ਦੇਖੋ ਅਰਦਾਸ ਤਾਂ ਕਹਿੰਦੇ ਤੇਰੀ ਜਨਮ ਵੇਲੇ ਤੋਂ ਚੱਲ ਪਈ ਸੀ ਗੁਰਮੁਖਾ, ਅੱਜ ਵੀ ਅਰਦਾਸ ਦਾ ਪੱਲਾ ਨਾ ਛੱਡੀ, ਇਹੀ ਤੇਰਾ ਆਸਰਾ। ਪਹਿਲੇ ਪਹਿਰੇ ਰਹਿਣ ਕੇ ਵਣਜਾਰਿਆ ਮਿੱਤਰਾ ਹੁਕਮ ਪਾਇਆ ਗਰਭਾਸ, ਉਰਦ ਤਪ ਅੰਤਰ ਕਰੇ ਵਣਜਾਰਿਆ ਮਿੱਤਰਾ ਖਸਮ ਸੇਤੀ ਅਰਦਾਸ। ਕਹਿੰਦੇ ਜਨਮ ਲੈਣ ਤੋਂ ਪਹਿਲਾਂ ਜਦੋਂ ਤੇਰੇ ਸਰੀਰ 'ਚ ਜਾਨ ਪੈ ਗਈ ਸੀ, ਹਾਲੇ ਤੂੰ ਮਾਂ ਦੇ ਕੋਲ ਸਾ, ਜਨਮ ਹੋਣ ਵਾਲਾ ਸੀ, ਦਿਲ ਧੜਕਣ ਲੱਗ ਪਿਆ ਸੀ, ਉਦੋਂ ਹੀ ਤੇਰੀ ਅਰਦਾਸ ਚੱਲ ਰਹੀ ਸੀ ਗੁਰੂ ਨਾਨਕ ਪਾਤਸ਼ਾਹ ਕਹਿੰਦੇ। ਇਸ ਲਈ ਕਹਿੰਦੇ ਅਰਦਾਸ ਕਰਦੇ ਰਹਿਣਾ ਚਾਹੀਦਾ। ਫਿਰ ਅੱਗੇ ਆ ਗਈ ਜੀ ਇਸ ਮਹੀਨੇ ਦੀ ਪੌੜੀ, ਚੇਤ ਗੋਬਿੰਦ ਅਰਾਧੀਐ ਹੋਵੇ ਆਨੰਦ ਘਣ। ਕਹਿੰਦੇ ਚੇਤ ਵਿੱਚ ਜੇ ਗੋਬਿੰਦ ਦੀ ਅਰਾਧਨਾ ਕਰਾਂਗੇ ਬਹੁਤ ਆਨੰਦ ਪ੍ਰਾਪਤ, ਘਣੇ ਦਾ ਅਰਥ ਹੈ ਬਹੁਤ ਜ਼ਿਆਦਾ ਆਨੰਦ, ਜਿਵੇਂ ਖੁਸ਼ੀ 'ਚ ਅਤੇ ਆਨੰਦ 'ਚ ਫਰਕ ਹੁੰਦਾ, ਖੁਸ਼ੀ ਆ ਵੀ ਸਕਦੀ ਹੈ ਅਤੇ ਜਾ ਵੀ ਸਕਦੀ ਹੈ, ਕਦੇ ਖੁਸ਼ੀ ਹੁੰਦੀ ਕਦੇ ਗਮੀ ਹੁੰਦੀ, ਖੁਸ਼ੀ ਸਦਾ ਨਹੀਂ ਰਹਿਣੀ ਹੁੰਦੀ,
ਪਰ ਆਨੰਦ ਇੱਕ ਐਸੀ ਚੀਜ਼ ਹੈ ਜਿਹੜਾ ਇੱਕ ਵਾਰ ਆ ਗਿਆ ਫਿਰ ਜਾਣਾ ਕਦੇ ਨਹੀਂ, ਭਾਵੇਂ ਸਰੀਰ ਚੱਲਿਆ ਜਾਵੇ ਆਨੰਦ ਥੋੜ੍ਹਾ ਕਿਤੇ ਜਾਣਾ। ਉਹ ਆਰੇ ਥੱਲੇ ਵੀ ਉੱਦਾਂ ਹੀ ਰਹਿਣਾ, ਰੰਗੀ ਥੱਲੇ ਵੀ ਉੱਦਾਂ ਰਹਿਣਾ, ਪੁੱਠੀ ਖਲ ਲੰਘਾਉਣ ਵੇਲੇ ਵੀ ਉੱਦਾਂ ਹੀ, 22 ਦਿਨ ਖੋਪੜੀ ਲੱਥੀ ਤੋਂ ਵੀ ਆਨੰਦ 'ਚ ਫਰਕ ਨਹੀਂ ਪਿਆ। ਆਨੰਦ ਇੱਕ ਉਹ ਵੱਖਰੀ ਚੀਜ਼ ਹੈ, ਖੁਸ਼ੀ ਤੋਂ ਵੱਖਰੀ ਚੀਜ਼ ਹੈ। ਕਹਿੰਦੇ ਚੇਤ ਗੋਬਿੰਦ ਅਰਾਧੀਏ ਹੋਵੇ ਆਨੰਦ। ਜੇ ਆਨੰਦ ਪ੍ਰਾਪਤ ਕਰਨਾ ਨਾ, ਚੇਤ ਦਾ ਮਹੀਨਾ ਆ ਗਿਆ, ਕਹਿੰਦੇ ਗੋਬਿੰਦ ਦੀ ਅਰਾਧਨਾ ਜ਼ਰੂਰ ਕਰੋ ਜ਼ਰੂਰ। ਇਸ ਲਈ ਆਪਾਂ ਇੱਥੇ ਜਿੰਨੀ ਵਾਰ ਵੀ ਮੈਂ ਬੇਨਤੀ ਕਰਦਾ, ਜਿੰਨੀ ਵਾਰ ਵੀ ਆਪਾਂ ਆਏ ਹਾਂ, ਇਹ ਆਖੀਦਾ ਗੁਰੂ ਕੋ ਸਵੇਰੇ ਉੱਠ ਕੇ ਭਾਵੇਂ 5-7 ਮਿੰਟ ਵਾਹਿਗੁਰੂ ਕਰੋ, ਕਰਨਾ ਜ਼ਰੂਰ। ਸੱਚੀ ਗੱਲ ਇਹ ਭਾਵ ਲਾ ਦਿੰਦਾ ਜੀ ਸਾਡੇ, ਕਿਉਂਕਿ ਮਹਾਰਾਜ ਦੀ ਕਿਰਪਾ ਵਰਤੀ, ਅਤੇ ਕਿਰਪਾ ਜਦੋਂ ਹੁੰਦੀ ਹੈ ਉਦੋਂ ਫਿਰ ਗੁਣ ਨਹੀਂ ਦੇਖੇ ਜਾਂਦੇ, ਜਦੋਂ ਗੁਣ ਨਹੀਂ ਦੇਖੇ ਜਾਂਦੇ ਅਤੇ ਅਵਗੁਣ ਵੀ ਨਹੀਂ ਦੇਖੇ ਜਾਂਦੇ। ਸੱਚੀ ਗੱਲ ਫਿਰ ਮਹਾਰਾਜ ਗੁਣ ਅਵਗੁਣ ਨਹੀਂ ਦੇਖਦੇ, ਫਿਰ ਤਾਂ ਜਿਵੇਂ ਜਿਵੇਂ ਕੋਈ ਸਤਨਾਮ ਵਾਹਿਗੁਰੂ ਜਪਦਾ ਤਿਵੇਂ ਤਿਵੇਂ ਪਾਪ ਉਤਰਦੇ ਉਹਦੇ। ਕਹਿੰਦੇ ਚੇਤ ਦਾ ਮਹੀਨਾ, ਗੋਬਿੰਦ ਰਾਧੋ ਗੁਰਮੁਖੋ, ਘਣੇ ਆਨੰਦ ਦੀ ਪ੍ਰਾਪਤੀ ਹੋਵੇਗੀ। ਸੰਤ ਜਨਾ ਮਿਲ ਪਾਈਏ ਰਸਨਾ ਨਾਮ, ਕਿਵੇਂ ਜਪੀਏ ਜੀ? ਕਹਿੰਦੇ ਸੰਤ ਜਨਾ ਮਿਲ ਪਾਈਏ, ਇਕੱਲੇ ਨੇ ਵੀ ਜਪਣਾ, ਪਰ ਜਿਹੜਾ ਸੰਗਤ 'ਚ ਮਹਾਤਮਾ ਸਤਸੰਗ ਜੀ ਬਹੁਤ ਵੱਡਾ। ਇੱਥੇ ਸੰਤਾਂ ਉਹਨਾਂ ਸੰਤਾਂ ਦੀ ਗੱਲ ਹੈ ਜਿਹੜੇ ਸਤਸੰਗ ਜੀ ਪਰਮੇਸ਼ੁਰ ਦੇ ਦਰ 'ਤੇ ਪ੍ਰਵਾਨ ਪਖੰਡੀ ਬਿੰਦੇ, ਪਰ ਇੱਥੇ ਉਹਨਾਂ ਦੀ ਜਿਹੜੇ ਰੰਗ ਰੱਤੜੇ ਆ, ਜਿਹਨਾਂ ਨੂੰ ਕਬੀਰ ਸਾਹਿਬ ਨੇ ਆਖਿਆ ਕਬੀਰ ਸੰਤ ਕੀ ਗੈਲ ਨਾ ਛੋਡੀਏ, ਮਾਰਗ ਲਾਗਾ ਜਾਓ, ਪੇਖਤ ਹੀ ਪਨੀਤ ਹੋਏ ਭੇਟਤ ਜਪੀਏ ਨਾ। ਉਹ ਕਬੀਰ ਸਾਹਿਬ ਕਹਿੰਦੇ ਜੇ ਕੋਈ ਰੱਬ ਦਾ ਪਿਆਰਾ ਵਾਕਈ ਅਸਲੀ ਸੰਤ ਮਿਲ ਗਿਆ ਤੇ ਛੇਤੀ ਉਹਦੀ ਸੰਗਤ ਛੱਡਣੀ ਨਹੀਂ, ਪੁੱਜ ਕੇ ਕਰਨੀ ਉਹਦੀ ਸੰਗਤ। ਕਬੀਰ ਸੰਤ ਕੀ ਗੱਲ ਨਾ ਛੁੱਡੀਏ, ਮਾਰਗ ਲਾਗਾ ਜਾ, ਕਹਿੰਦੇ ਉਸ ਮਾਰਗ ਪੈ ਜਾ ਉਸ ਰਸਤੇ ਤੇ ਜਿਹੜਾ ਤੈਨੂੰ ਉਸ ਸੰਤ ਦੀ ਸੰਗਤ ਕਰਵਾ ਦੇ। ਕਿਉਂ? ਪੇਖਤ ਹੀ ਪਨੀਤ ਹੋਏ, ਕਹਿੰਦੇ ਉਹਨੂੰ ਦੇਖਿਆ ਪਵਿੱਤਰ ਹੋ ਜਾਏਗਾ ਗੁਰਮੁਖੋ। ਭੇਟਤ ਜਪੀਏ ਨਾ, ਉਹਦੇ ਕੋਲ ਬੈਠਿਆ ਨਾਮ ਜਪਿਆ ਜਾਂਦਾ, ਉਹਦੀਆਂ ਤਰੰਗਾਂ ਅਸਰ ਕਰਦੀਆਂ, ਗੁਰਮੁਖਾਂ ਦਾ ਕੋਲ ਬੈਠਣਾ ਪੱਕੀ ਗੱਲ ਦਾ ਮਨ 'ਤੇ ਅਸਰ ਪਾਉਂਦਾ। ਇਸ ਲਈ ਕਹਿੰਦੇ ਜੇ ਕੋਈ ਰੱਬ ਦਾ ਪਿਆਰਾ ਉਹਦੀ ਸੰਗਤ ਕਬੀਰ ਸਾਹਿਬ ਕਹਿੰਦੇ ਛੱਡੀ ਨਾ। ਸੰਤ ਸੰਗ ਅੰਤਰ ਪ੍ਰਭ ਡੀਠਾ, ਨਾਮ ਪ੍ਰਭੂ ਕਾ ਲਾਗਾ ਮਿੱਠਾ, ਪੰਜਵੇਂ ਪਾਤਸ਼ਾਹ ਕਹਿ ਰਿਹਾ। ਕਹਿੰਦੇ ਸੰਤ ਗੁਰਮੁਖ ਹੋਵੇ ਕੋਈ ਵਾਕਿਆ ਸੰਤ, ਪਖੰਡੀ ਨਾ ਹੋਵੇ, ਉਹਦੇ ਕੋਲ ਬੈਠਿਆ ਸਾਰਾ ਸੰਗ ਨਹੀਂ, ਅੰਦਰ ਨੂੰ ਠੰਡ ਪਊਗੀ, ਅੰਦਰ ਟਿਕਾ ਜਾਜੂ, ਅਤੇ ਪਰਮਾਤਮਾ ਦਾ ਨਾਮ ਮਿੱਠਾ। ਹਾਲ ਦੀ ਘੜੀ ਆਪਾਂ ਧੱਕੇ ਨਾ ਜਪਦੇ ਜੇ ਜਪੀਏ, ਪਰ ਪੰਜਵੇਂ ਪਾਤਸ਼ਾਹ ਕਹਿੰਦੇ ਗੁਰਮੁਖ ਦੀ ਸੰਗਤ ਤੈਨੂੰ ਮਿੱਠਾ ਲਾਉਣ ਲੱਗ ਦੇਗੀ ਪਰਮੇਸ਼ਰ। ਨਾਮ ਪ੍ਰਭੂ ਕਾ ਲਾਗਾ ਮਿੱਠਾ, ਕਹਿੰਦੇ ਮਿੱਠਾ ਲੱਗਦਾ, ਚਾਣਾ ਜਪਦਾ ਭਾਵੇਂ ਬੰਦਾ ਥੋੜ੍ਹਾ ਹੀ ਜਪੇ। ਇਸ ਲਈ ਕਹਿੰਦੇ ਸੰਤ ਜਨਾ ਮਿਲ ਪਾਈਏ ਰਸਨਾ ਨਾਮ ਭਣਾ, ਰਸਨਾ ਨਾਮ ਭਣਾ ਦਾ ਕਹਿਣਾ, ਕਹਿੰਦੇ ਗੁਰਮੁਖਾਂ ਦੀ ਸੰਗਤ ਕਰਨੀ ਅਤੇ ਰਸਨਾ ਨਾਲ ਬੋਲ ਕੇ ਵਾਹਿਗੁਰੂ 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 ਕਹਿਣਾ, ਬੋਲ ਕੇ ਮੂਲ ਮੰਤਰ ਜਪਣਾ, ਬੋਲ ਕੇ ਸਤਨਾਮ ਸ੍ਰੀ ਵਾਹਿਗੁਰੂ, ਆਪਣੇ ਮੁੱਖ ਦੀ ਪਵਿੱਤਰਤਾ ਕਰਨੀ, ਇਹ ਹੈ ਕਹਿੰਦੇ ਗੁਰਮੁਖੋ ਘਣੇ ਆਨੰਦ ਦੀ ਪ੍ਰਾਪਤੀ ਲਈ। ਜਿਨ ਪਾਇਆ ਪ੍ਰਭ ਆਪਣਾ ਆਏ ਤਿਸ ਹਗਣ, ਕਹਿੰਦੇ ਜਿਹਨਾਂ ਨੇ ਆਪਣਾ ਪਰਮਾਤਮਾ ਪ੍ਰਾਪਤ ਕੀਤਾ, ਗਿਣਤੀ ਤਾਂ ਉਹਨਾਂ ਦੀ ਹੈ ਨਾ ਸੰਸਾਰ 'ਤੇ ਆਇਆਂ 'ਚ, ਬਾਕੀ ਤਾਂ ਬਹੁਤੀ ਵਾਰ ਬੰਦਾ ਜੂਣ ਹੀ ਭੋਗਣ ਆਇਆ ਹੁੰਦਾ, ਜੂਣ ਭੋਗ ਕੇ ਚਲੇ ਜਾਣਾ। ਆ ਮਹਾਰਾਜ ਦੇ ਬਚਨ ਨਾ ਜੀ, ਉਹ ਕਹਿੰਦੇ ਜੋ ਨਾ ਸੁਣੇ ਜਸ ਪਰਮਾਨੰਦਾ, ਪਸ ਪੰਖੀ ਤ੍ਰਿਗਤ ਜੋਣ 'ਤੇ ਮੰਦਾ। ਹੁਣ ਪਸ਼ੂ ਅਤੇ ਪੰਛੀ ਤਾਂ ਆਪਾਂ ਨੂੰ ਪਤਾ ਨਾ ਜੀ, ਮਾਰ ਕਹਿੰਦੇ ਜਿਹੜਾ ਬੰਦਾ ਪਰਮਾਤਮਾ ਦਾ ਜਸ ਜਪ ਕਰਦਾ ਅਤੇ ਸੁਣਦਾ ਨਹੀਂ, ਉਹ ਪਸ਼ੂਆਂ ਤੋਂ ਵੀ ਮੰਦਾ, ਪੰਛੀਆਂ ਤੋਂ ਵੀ ਮੰਦਾ, ਪਸ ਪੰਖੀ ਤ੍ਰਿਗਤ ਜੋਣ। ਹੁਣ ਤ੍ਰਿਗਤ ਜੋਣ ਕੀ ਹੈ?
ਤ੍ਰਿਗਤ ਜੋਨ ਉਹਨੂੰ ਕਹਿੰਦੇ ਜਿਹਦੀਆਂ ਲੱਤਾਂ ਨਹੀਂ ਹੁੰਦੀਆਂ। ਦੇਖੋ ਪਸ਼ੂਆਂ ਦੀਆਂ ਲੱਤਾਂ ਤਾਂ ਉੱਡਦੇ ਆ, ਪੰਛੀਆਂ ਦੀਆਂ ਲੱਤਾਂ ਭਾਵੇਂ ਉੱਡਦੇ ਆ ਪਰ ਫਿਰ ਵੀ ਲੱਤਾਂ ਨੇ। ਕੋਈ ਦੇਖ ਲਓ ਤੁਸੀਂ ਪੰਛੀ, ਤੋਤਾ, ਘੁੱਗੀ, ਕਬੂਤਰ ਸਭ ਦੀਆਂ ਲੱਤਾਂ, ਪਰ ਸੱਪ ਦੀਆਂ ਲੱਤਾਂ ਪੈਰ ਨਹੀਂ ਹੁੰਦੇ। ਇਹਨੂੰ ਤ੍ਰਿਗਤ ਜੋਨ ਕਹਿੰਦੇ, ਗੰਡੋਏ, ਸੱਪ, ਇਹ ਤ੍ਰਿਗ ਜਿਹੜੇ ਢਿੱਡ ਪਰ ਨੇ ਖਿੱਚ ਖਿੱਚ ਢਿੱਡ ਨੂੰ ਘੜੀਸ ਕੇ ਚੱਲਦੇ, ਇਹ ਹੁੰਦੀ ਤ੍ਰਿਗਤ ਜੋਨ। ਮਨ ਕਹਿੰਦੇ ਉਹ ਇਹਨਾਂ ਤੋਂ ਵੀ ਮੰਦਾ ਜੇ ਬੰਦਾ, ਇਹ ਪੰਜਵੇਂ ਪਾਤਸ਼ਾਹ ਦੇ ਬਚਨ ਹੈ। ਜੋ ਨਾ ਸੁਣਿਆ ਜਸ ਪਰਮਾਨੰਦਾ, ਪਸ ਪੰਖੀ ਤ੍ਰਿਗਤ ਜੋਨ ਤੇ ਮੰਦਾ। ਪੰਜਵੇਂ ਪਾਤਸ਼ਾਹ ਕੋਈ ਚਿਟੜਾ ਸਕਦਾ ਇਸ ਬਚਨ ਨੂੰ? ਕਹਿੰਦੇ ਉਹ ਜਿਹਨੇ ਨਹੀਂ ਨਾ ਜਪਣਾ ਵਾਹਿਗੁਰੂ, ਉਹ ਪਸ਼ੂਆਂ ਤੋਂ, ਪੰਛੀਆਂ ਤੋਂ ਅਤੇ ਹਰੀਮ ਕੇ ਚੱਲਣ ਵਾਲੇ ਸੱਪਾਂ ਗੰਡੋਇਆਂ ਤੋਂ ਵੀ ਮੰਦਾ ਹੈ। ਬਲਕਿ ਇਸ ਸ਼ਬਦ ਕਹਿੰਦੇ ਮਰਨਾ ਚਾਹੇ ਜਿੰਨਾ ਪਿਸਰ, ਉਹ ਮਰ ਕਿਉਂ ਨਹੀਂ ਗਏ ਜਿਹਨਾਂ ਰੱਬ ਹੀ ਨਹੀਂ ਕਦੀ ਚੇਤੇ ਆਇਆ? ਨਾਮ ਵੀ ਹੁਣ ਜੀਵਨ ਕੌਣ ਕਾਮ, ਨਾਮ ਤੋਂ ਬਿਨਾਂ ਕਿਹੜਾ ਕੰਮ ਸੀ ਇਹ ਜੀਵਨ ਜੀ? ਕਿੱਥੇ ਕੀ ਕਰਨਾ ਸੀ ਇਹਦਾ ਇਸ ਜੀਵਨ ਦਾ? ਇਹ ਤਾਂ ਨਾਮ ਦੀ ਤੁਸੀਂ ਬਰਕਤ ਤਾਂ ਦੇਖੋ ਗੁਰਮੁਖੋ। ਭਗਤ ਰਵਿਦਾਸ ਸਾਹਿਬ ਜੀ ਕਹਿੰਦੇ, ਐਸੀ ਲਾਲ ਤੁਝ ਬਿਨ ਕੌਣ ਕਰੇ, ਹੇ ਪਰਮਾਤਮਾ ਤੇਰੇ ਬਿਨਾਂ ਇੱਦਾਂ ਕੌਣ ਕਰ ਸਕਦਾ ਸੀ? ਗਰੀਬ ਨਿਵਾਜ ਗੁਸਈਆ ਮੇਰਾ ਮਾਥਾ ਛਤਰ ਧਰੇ। ਕਹਿੰਦੇ ਉਹ ਇੰਨਾ ਗਰੀਬ ਨਿਵਾਜ ਹੈ ਜਿਹੜਾ ਜੁੱਤੀਆਂ ਗੜਦਾ ਪਿਆ ਸੀ ਰਸਤੇ 'ਚ ਬੈਠਾ, ਜਿਹਨੂੰ ਲੋਕ ਮੱਥੇ ਲਾ ਕੇ ਜਾਂ ਤੂੰ ਉਹਦੇ ਸਿਰ 'ਤੇ ਛਤਰ ਆ, ਉਹ ਕਿਹੜਾ ਛਤਰ ਹੈ? ਦਿਸਦਾ ਨਹੀਂ, ਜਿਹੜੀ ਪਰਮਾਤਮਾ ਦੀ ਕਿਰਪਾ ਦਿਸਦੀ ਨਹੀਂ ਹੁੰਦੀ ਗੁਰਮੁਖੋ। ਹੁਣ ਭਗਤ ਰਵਿਦਾਸ ਜੀ ਕਹਿੰਦੇ, ਜਿਹੜਾ ਤੂੰ ਮੇਰੇ ਸਿਰ 'ਤੇ ਛਤਰ ਰੱਖ ਦਿੱਤਾ, ਛਤਰ ਤਾਂ ਕੋਈ ਨਹੀਂ, ਤਾਣਿਆ ਤਾਂ ਤੱਪੜ ਹੈ ਉਹਨਾਂ ਨੇ ਧੁੱਪ ਤੋਂ ਬਚਣ ਲਈ। ਪਰ ਉਹ ਕਹਿੰਦੇ ਨਹੀਂ, ਉਹ ਗੁਰਮੁਖੋ, ਪਰਮਾਤਮਾ ਆਪਣੇ ਭਗਤਾਂ 'ਤੇ ਐਸਾ ਵਡਿਆਈ ਦਾ ਛਤਰ ਤਾਣ ਦਿੰਦਾ, ਉਹਨੂੰ ਜਿਹਨੂੰ ਲੋਕ ਮੱਥੇ ਨਹੀਂ ਲਾਉਂਦੇ ਉਹਨੂੰ ਮੱਥੇ ਟਿਕਣ ਲੱਗ ਪੈਂਦੇ। ਫਿਰ ਕਹਿੰਦੀ ਇੱਦਾਂ ਕੌਣ ਕਰ ਸਕਦਾ? ਬੰਦਾ ਕੋਈ ਕਰ ਸਕਦਾ ਜੀ ਕਿਸੇ ਗਰੀਬ ਨਿਵਾਜੀ ਇੰਨੀ? ਐਸੀ ਲਾਲ ਤੁਝ ਬਿਨ ਕੌਣ ਕਰੇ, ਗਰੀਬ ਨਿਵਾਜ ਗੁਸਈਆ ਮੇਰਾ ਮਾਥਾ ਛਤਰ ਧਰੇ, ਜਾ ਕੀ ਛੋਤ ਜਗਤ ਕੌ ਲੱਗੇ। ਕਹਿੰਦੇ ਜਿਹਦੀ ਛੂਤ ਛਾਤ ਜਗਤ ਮੰਨਦਾ, ਨਹੀਂ ਨਹੀਂ ਮੱਥੇ ਨਹੀਂ ਲੱਗਣਾ, ਮੱਥੇ ਨਹੀਂ ਲੱਗਣਾ, ਸ਼ੂਦਰ ਆ, ਤਾਂ ਪਰ ਤੁਸੀਂ ਡਰੇ। ਕਹਿੰਦੇ ਉੱਤੇ ਤੂੰ ਹੀ ਕਿਰਪਾ ਕਰ ਸਕਦਾ, ਨੀਚਾ ਊਚ ਕਰੇ ਮੇਰਾ ਗੋਬਿੰਦ, ਕਾਹੂ ਤੇ ਨਾ ਡਰੇ। ਕਹਿੰਦੇ ਨੀਵਿਆਂ ਨੂੰ ਉੱਚਾ ਉਹ ਹੀ ਕਰ ਸਕਦਾ ਸਿਰਫ, ਐਸੀ ਲਾਲ ਤੁਝ ਬਿਨ ਕੌਣ ਕਰੇ। ਨੀਚਾ ਊਚ, ਨੀਚ ਜਿਹਨੂੰ ਕਹਿੰਦੇ ਨੀਵਾਂ, ਕਹਿੰਦੇ ਉਹਨਾਂ ਨੂੰ ਇੰਨਾ ਉੱਚਾ ਇੰਨਾ ਵੱਡਾ ਬਣਾ ਦਿੰਦਾ ਤੂੰ, ਅਤੇ ਫਿਰ ਤੂੰ ਡਰਦਾ ਨਹੀਂ ਕਿਸੇ ਤੋਂ। ਕਈ ਵਾਰ ਬੰਦਾ ਕਿਸੇ ਗਰੀਬ ਦੀ ਮਦਦ ਕਰਨੀ ਹੁੰਦੀ ਪਰ ਡਰਦਾ ਹੁੰਦਾ, ਕਰਦਾ ਨਹੀਂ। ਕਹਿੰਦੇ ਪਰਮਾਤਮਾ ਨੀਵਿਆਂ ਨੂੰ ਉੱਚਾ ਚੱਕਣ ਲਈ ਡਰਦਾ ਨਹੀਂ, ਨੀਚਾ ਊਚ ਕਰੇ ਮੇਰੇ ਗੋਬਿੰਦ, ਕਾਹੂ ਤੇਰਾ ਡਰੇ। ਕਈ ਵਾਰ ਬੰਦੇ ਦਾ ਮਨ ਕਰਦਾ ਹੁੰਦਾ ਚੱਲ ਇਹ ਲੋੜਵੰਦਿਆਂ ਦੀ ਮਦਦ ਕਰਦੀ, ਪਰ ਬੰਦਾ ਡਰਦਾ। ਕਈ ਵਾਰ ਤਾਂ ਆਪਣੇ ਘਰਦਿਆਂ ਤੋਂ ਡਰੀ ਜਾਂਦਾ, ਜੇ ਉਹਨਾਂ ਨੂੰ ਪਤਾ ਲੱਗ ਗਿਆ ਭੜਥੂ ਪਾ ਦੇਣਗੇ ਵੀ ਤੂੰ ਇੰਨੇ ਪੈਸੇ ਦਿੱਤੇ ਸੀ ਫਲਾਣੇ ਗਰੀਬ ਦੀ ਮਦਦ, ਡਰਦਾ ਹੀ ਨਹੀਂ ਕਰਦਾ, ਜੀ ਕਰਦਾ ਹੁੰਦਾ। ਕਈ ਵਾਰੀ ਬੰਦਾ ਕਿਤਿਓਂ ਡਰਦਾ, ਕੋਈ ਕਿਤਿਓਂ ਡਰਦਾ? ਪੰਜਵੇਂ ਪਾਤਸ਼ਾਹ ਉਹ ਭਗਤ ਰਵਿਦਾਸ ਜੀ ਕਹਿੰਦੇ ਤੂੰ ਨਹੀਂ ਡਰਦਾ, ਤੂੰ ਜਦੋਂ ਕਿਸੇ ਦੇ ਸਿਰ 'ਤੇ ਹੱਥ ਰੱਖ ਦਿੰਦਾ ਨੀਵਿਆਂ ਨੂੰ ਉੱਚੇ ਕਰ ਦਿੰਦਾ, ਡਰਦਾ ਨਹੀਂ ਕਿਸੇ ਤੋਂ। ਫਿਰ ਵੇਖੋ ਉਹ ਕਹਿੰਦੇ ਨਾਮਦੇਵ ਕਬੀਰ ਤਲੋਚਨ ਸਧਨਾ ਸੈਨ ਤਰੇ। ਕਿੰਨੇ ਪੰਜ ਭਗਤਾਂ ਦਾ ਕਹਿੰਦੇ ਨਾਮਦੇਵ ਕਬੀਰ ਤਲੋਚਨ ਸਧਨਾ ਅਤੇ ਸੈਨ, ਪੰਜੇ ਹੀ ਗਰੀਬ। ਕਹਿੰਦੇ ਵੇਖ ਐਸਾ ਵਡਿਆਈ ਦਾ ਛਤਰ ਦੇ ਤਾਂ ਮੱਥੇ ਟਿਕੀ ਜਾਂਦੇ ਹਨ, ਇਹ ਤੇਰੇ ਨਾਮ ਕਰਕੇ। ਨਾਮ ਦੇਵ ਕਬੀਰ ਤਲੋਚਨ ਸਧਨਾ ਸੈਨ ਤਰੇ। ਕਹਰ ਅਰਦਾਸ ਸੁਣੋ ਰੇ ਸੰਤੋ ਹਾਰ ਜੀਓ ਤੇ ਸਭੇ। ਕਹਿੰਦੇ ਪਰਮਾਤਮਾ ਤੋਂ ਇੱਦਾਂ ਹੋ ਸਕਦਾ ਜੇ? ਐਸੀ ਲਾਲ ਤੁਝ ਬਿਨ ਕੌਣ ਕਰੇ, ਤੇਰੇ ਬਿਨਾਂ ਕੌਣ ਇਸ ਤਰ੍ਹਾਂ ਕਰ ਸਕਦਾ ਸੀ? ਸੋ ਮਹਾਰਾਜ ਦੇ ਕਹਿੰਦੇ ਇੱਕ ਖਿਨ
ਜਿਨ ਪਾਇਆ ਪ੍ਰਭ ਆਪਣਾ ਆਏ ਤਿਸੇ ਗੁਣਾ, ਇੱਕ ਖਿਣ ਤਿਸ ਗੁਣ ਜੀਵਣਾ ਬਿਰਥਾ ਜਨਮ ਜਾਣਾ। ਕਹਿੰਦੇ ਇੱਕ ਖਿਣ ਵੀ ਜੋ ਉਹਦੀ ਯਾਦ ਤੋਂ ਬਿਨਾਂ, ਇਹ ਗੁਰਮੁਖਾਂ ਦੀ ਅਵਸਥਾ। ਆਪਾਂ ਤਾਂ ਸਵੇਰੇ ਸ਼ਾਮ ਕਰ ਲਿਆ ਕਰੀਏ, ਮੈਂ ਕਹਿੰਦਾ ਵੀ ਵਾਧੂ। ਗੁਰਮੁਖ ਦੀ ਅਵਸਥਾ ਤਾਂ ਇਹ ਹੈ, ਇੱਕ ਖਿਣ ਤਿਸ ਗੁਣ ਜੀਵਣਾ, ਇੱਕ ਖਿਣ ਵੀ ਜੋ ਉਹਦੇ ਤੋਂ ਬਿਨਾਂ ਜੀਵਣਾ, ਬਿਰਥਾ ਜਨਮ ਜਾਣਾ। ਕਹਿੰਦੇ ਅਸੀਂ ਸਮਝਦੇ ਜਨਮ ਹੀ ਬਿਰਥ ਚਲ ਗਿਆ, ਇਹ ਖਿਣ ਕਿਵੇਂ ਮੁੜ ਕੇ ਆਵੇਗਾ ਜ਼ਿੰਦਗੀ 'ਚ, ਇਹ ਤਾਂ ਖਿਣ ਵਾਪਸ ਨਹੀਂ ਆਉਣਾ। ਦੇਖੋ ਹੁਣ ਖੇਣ ਚੱਲ ਰਹੇ ਆ, ਖੇਣ ਨਿਮਖ ਵਿਸੇ ਚਸੇ, ਤਾਂ ਨਵੇਂ ਸਾਲ ਦੀ ਥੋੜ੍ਹੀ ਬੇਨਤੀ ਕੀਤੀ। ਇੱਥੇ ਘੰਟੇ ਮਿੰਟ ਨਹੀਂ ਚੱਲ ਰਹੇ, ਜਿਹੜੀ ਸਾਡੇ ਬਜ਼ੁਰਗਾਂ ਦੀ ਬੋਲੀ ਸੀ ਉਹ ਇੱਕ ਦਿਨ। ਕਹਿੰਦੇ ਨੇ ਇੱਕ ਦਿਨ ਤਿਸ ਬਿਨ ਜੀਵਣਾ, ਬਿਰਥਾ ਜਨਮ ਜਾਣਾ, ਜਲ ਥਲ ਵਹੀ ਅਲ ਪੂਰਿਆ ਰਵਿਆ ਵਿੱਚ ਵਣਾ। ਅਤੇ ਕਿੱਥੇ ਹੈ ਜੀ ਪਰਮਾਤਮਾ ਦਾ ਵਾਸਾ ਜਿਹਨੂੰ ਆਪਾਂ ਜਪਣਾ? ਮਹਾਰਾਜ ਕਹਿੰਦੇ ਜਾਲ ਥਾਲ ਮਹੀਅਲ, ਧਰਤੀ 'ਤੇ ਜੰਗਲਾਂ 'ਚ, ਇਸੇ ਤਰ੍ਹਾਂ ਪਾਣੀ 'ਚ, ਆਕਾਸ਼, ਪੁਲਾੜ, ਕੋਈ ਥਾਂ ਦੱਸੋ ਜਿੱਥੇ ਹੈ ਨਹੀਂ ਉਹ ਅਕਾਲ ਪੁਰਖ ਵਾਹਿਗੁਰੂ, ਤਾਂ ਸਭ ਜਗ੍ਹਾ ਜੀ। ਸਿਰਫ ਆਪਾਂ ਕਿਤੋਂ ਉਹਨੇ ਆਉਣਾ ਥੋੜ੍ਹੋ, ਕਿਤੋਂ ਆਣ ਕੇ ਕਿਰਪਾ ਕਰਨੀ ਹੁੰਦੀ ਤਾਂ ਭਗਤ ਪ੍ਰਹਲਾਦ ਮਰਿਆ ਹੀ ਮਰਿਆ ਸੀ, ਕਿਉਂਕਿ ਉਹਦੇ ਪਿਤਾ ਨੇ ਉਹ ਬਾਂਹ ਫੜ ਕੇ ਕੱਢਿਆ ਸੀ ਖੰਡਾ। ਕਾਲ ਖੜਗ ਕਾਲ ਪੈ ਕੋਪੇ ਮੋਰ ਬਿਤਾਓ ਜੋ ਤੁਸੀਂ ਰੱਖਿਓ। ਉਹਨੇ ਕਿਹਾ ਦੱਸ ਦਿਨ ਕੌਣ ਬਚਾ ਸਕਦਾ। ਕਿਰਪਾਲ ਥੱਲੇ ਨਹੀਂ ਆਉਣ ਦਿੱਤੀ ਉਹਦੇ ਪਿਤਾ ਦੀ, ਅਤੇ ਥੰਮ 'ਚੋਂ ਨਿਕਲ ਕੇ ਉਹਨੇ ਚਿਰ ਨੂੰ ਉਹਨੇ ਫੜ ਕੇ ਨਾਥ ਨੂੰ ਗੋਡਿਆਂ 'ਤੇ ਰੱਖ ਲਿਆ, ਗੋਡਿਆਂ 'ਤੇ ਰੱਖ ਕੇ ਮਾਰਿਆ ਸੀ। ਦੂਰੋਂ ਉਹਨਾਂ ਦਾ ਕਿੱਦਾਂ ਬਚਾ ਸਕਦਾ ਸੀ? ਇਸ ਲਈ ਮਹਾਰਾਜ ਕਹਿੰਦੇ ਜਲ ਥਲ ਮਹੀ ਅਲ ਪੂਰਿਆ, ਕਹਿੰਦੇ ਉਹ ਸਭ ਥਾਵਾਂ 'ਤੇ ਪਰਿਪੂਰਨ। ਆਪਾਂ ਤਾਂ ਬੈਠਿਆ ਸਿਰਫ ਚੇਤੇ ਹੀ ਕਰਨਾ, ਉਹ ਤਾਂ ਸਭ ਥਾਵਾਂ 'ਤੇ, ਉੱਥੋਂ ਹੀ ਬਖਸ਼ਿਸ਼ ਹੋ ਜਾਣੀ ਨਾ ਜੀ, ਆਉਣੀ ਥੋੜ੍ਹਾ ਕਿਤੋਂ। ਜਲ ਥਲ ਮਹੀ ਅਲ ਪੂਰਿਆ ਰਵਿਆ ਵਿੱਚ ਬਣਾ, ਸੋ ਪ੍ਰਭ ਚੇਤਨਾ ਵਈ ਕਿਤੜਾ ਦੁੱਖ ਗਣਾ। ਕਹਿੰਦੇ ਇੰਨਾ ਮਹਾਨ ਉਹ ਪ੍ਰਭੂ ਜੇ ਚੇਤੇ ਨਹੀਂ ਆਇਆ ਤੇ ਦੁੱਖਾਂ ਦੀ ਗਿਣਤੀ ਕੌਣ ਕਰਕੇ ਦੱਸੋ ਗੁਰਮੁਖੋ? ਫਿਰ ਤਾਂ ਬਹੁਤ ਜਨਮ ਵਿਛੜੇ ਥੇ ਮਾਧੋ, ਫਿਰ ਨਰਕ 84 ਜੋ ਵੀ ਲੇਖਾ ਜੋਖਾ ਧਰਮਰਾਜ ਦਾ, ਉਹ ਕੋਈ ਆਪਾਂ ਜੇ ਬਾਣੀ ਨੂੰ ਮੰਨੀਏ ਤਾਂ ਫਿਰ ਕੋਈ ਡਰਾਵਾ ਤਾਂ ਨਹੀਂ ਨਾ, ਫਿਰ ਤਾਂ ਹੋਣਾ ਹੀ ਹੈ ਨਾ, ਲੇਖਾ ਰੱਬ ਮੰਗੇਸੀਆ ਬੈਠਾ ਕੱਢ ਵਹੀ। ਫਿਰ ਕਹਿੰਦੇ ਉਹ ਜਿਹੜੇ ਦੁੱਖ ਨੇ ਕੌਣ ਗਿਣਤੀ ਕਰਕੇ ਦੱਸੂ? ਜੇ ਪਰਮੇਸ਼ੁਰ ਭੁੱਲ ਗਿਆ ਤਾਂ ਜਿੰਨੀ ਰਾਵ ਹੈ ਸੋ ਪ੍ਰਭੂ ਤਿੰਨਾ ਭਾਗ ਮਣਾ। ਕਹਿੰਦੇ ਜਿਹਨਾਂ ਨੇ ਉਸ ਪ੍ਰਭੂ ਨੂੰ ਚੇਤੇ ਕੀਤਾ ਮਣਾ ਮੂੰਹ ਹੀ ਵੱਡੇ, ਇਹ ਪੇਂਡੂ ਬੋਲੀ ਹੈ, ਤਿੰਨਾ ਭਾਗ ਮਣਾ। ਆਪਾਂ ਕਹਿੰਦੇ ਮਣਾ ਮੂੰਹ ਹੀ ਵੱਡੇ ਭਾਗ, ਉਹਨਾਂ ਦੇ ਬਹੁਤ ਵੱਡੇ ਭਾਗ ਜਿਹਨਾਂ ਨੂੰ ਅਕਾਲ ਪੁਰਖ ਵਾਹਿਗੁਰੂ ਜੀ ਚੇਤੇ ਆ ਜਾਂਦੇ। ਜਿੰਨੀ ਰਾਵੇ ਸੋ ਪ੍ਰਭੂ ਤਿੰਨਾ ਭਾਗ ਮਣਾ, ਹਰ ਦਰਸ਼ਨ ਕੋ ਮਨ ਲੋਚਦਾ ਨਾਨਕ ਪਿਆਸ ਮਨਾ। ਕਹਿੰਦੇ ਉਸ ਐਸੇ ਮਹਾਨ ਹਰੀ ਦੇ ਦਰਸ਼ਨਾਂ ਨੂੰ ਸਾਡਾ ਮਨ ਲੋਚਦਾ, ਬੜੀ ਪਿਆਸ ਲੱਗੀ ਉਹਦੇ ਦਰਸ਼ਨਾਂ ਦੀ, ਪਿਆਸ ਉਹਦੇ ਦਰਸ਼ਨਾਂ ਦੇ। ਬਹੁਤ ਬਚਨ ਆਪਾਂ ਨੂੰ ਮਹਾਰਾਜ ਦੀ ਬਾਣੀ 'ਚੋਂ ਮਿਲ ਜਾਣਗੇ, ਪਰ ਆਪਾਂ ਹੁਣ ਸਮੇਂ ਦੇ ਨੇੜੇ ਹੈ। ਜਦ ਇਹ ਇੱਕ ਵਾਰੀ ਜ਼ਰੂਰ ਜਾਣਾ, ਜਦੋਂ ਆਪਾਂ ਹਰਿਮੰਦਰ ਸਾਹਿਬ ਜਾਣਾ ਦਰਸ਼ਨ ਕਰਨ, ਮੰਜੀ ਸਾਹਿਬ ਵਾਲੇ ਪਾਸਿਓਂ ਜਾਣਾ, ਸਮੁੰਦਰੀ ਹਾਲ ਵਾਲੇ ਪਾਸਿਓਂ, ਨਾਨਕ ਨਿਵਾਸ ਵਾਲੇ ਪਾਸਿਓਂ, ਤਾਂ ਮੰਜੀ ਸਾਹਿਬ ਦੇ ਸਾਹਮਣੇ ਜਾ ਕੇ ਖੱਬੇ ਹੱਥ ਦੇਖਿਓ, ਉੱਥੇ ਬਣਿਆ ਉਹ ਸਥਾਨ ਜਿੱਥੇ ਆ ਮਹਾਰਾਜ ਸੱਚੇ ਪਾਤਸ਼ਾਹ ਜੀ 12ਵਾਂ ਉਚਾਰ ਰਹੇ। ਉਸ ਪਵਿੱਤਰ ਸਥਾਨ 'ਤੇ ਉਚਾਰ ਕੇ ਕਹਿੰਦੇ ਆ, ਦਰਸ਼ਨ ਕੋ ਮਨ ਲੋਚਦਾ ਨਾਨਕ ਪਿਆਸ ਮਨਾ, ਚੇਤ ਮਲਾਏ ਸੋ ਪ੍ਰਭੂ ਤਿਸ ਕੈ ਪਾਏ ਲੱਗਾ। ਕਹਿੰਦੇ ਚੇਤ ਦੇ ਮਹੀਨੇ ਵਿੱਚ ਉਸ ਪ੍ਰਭੂ ਨੂੰ ਮਿਲਾ ਦੇਵੇ ਨਾ ਕੋਈ ਮੈਨੂੰ, ਮੈਂ ਉਹਦੇ ਚਰਨੀ ਹੱਥ ਲਾ ਦੇ, ਉਹਦੇ ਚਰਨਾਂ 'ਤੇ ਆਪਣਾ ਸੀਸ ਰੱਖ ਦੇ,
ਉਹਦੇ ਚਰਨਾਂ ਦਾ ਮੈਂ ਉਹਦੇ ਚਰਨਾਂ ਦਾ ਸੇਵਕ ਬਣ ਜਾਵਾਂ ਜਿਸ ਚੇਤ ਦੇ ਮਹੀਨੇ 'ਚ ਮੈਨੂੰ ਕੋਈ ਅਕਾਲ ਪੁਰਖ ਵਾਹਿਗੁਰੂ ਨਾਲ ਮਿਲਾ ਦੇਵੇ। ਤਾਂ ਜੇ ਕੋਈ ਐਸੀ ਕਿਰਪਾ ਕਰ ਦੇਵੇ ਤਾਂ, ਕਿਉਂਕਿ ਬੜੇ ਮਹਾਰਾਜ ਜੀ ਦੇ ਵੀ ਤਿਸਕਿਆ ਦੀਜਿਆ ਜੇ ਸ਼ਬਦ ਸੁਣਾਏ, ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ ਹੋ ਤਿਸਕਾ ਆਪੂ, ਕਹਿੰਦੇ ਮੈਂ ਤਾਂ ਵਿਕਣ ਲਈ ਤਿਆਰ ਹਾਂ ਉਹਦੇ ਨਾਲ, ਉਹਦੇ ਅੱਗੇ ਜੇ ਕੋਈ ਅਕਾਲ ਪੁਰਖ ਵਾਹਿਗੁਰੂ ਨਾਲ ਮੈਨੂੰ ਮਿਲਾ ਦਿੰਦਾ ਤੇ ਜੇ ਕੋਈ ਪਰਮਾਤਮਾ ਨਾਲ ਮਿਲਾ ਦੇਵੇ ਤੇ ਇਹ ਇਹ ਸਤਸੰਗ ਜੀ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ। ਕਿਉਂਕਿ ਇਹ ਚੇਤ ਦੀ ਪ੍ਰਾਰੰਭਤਾ ਦਾ ਮਤਲਬ ਹੈ ਨਵੇਂ ਸਾਲ ਦੀ ਪ੍ਰਾਰੰਭ, ਗੁਰਬਾਣੀ ਅਨੁਸਾਰ ਨਵੇਂ ਸਾਲ ਦੀ ਪ੍ਰਾਰੰਭ, ਜਿਹੜਾ ਗੁਰਮਤ ਦਾ ਗੁਰਸਿੱਖੀ ਦਾ ਇੱਕ ਨਵਾਂ ਸਾਲ ਹੈ। ਮੈਂ ਬੇਨਤੀ ਕੀਤੀ ਜੀਵਨ ਜਾਤ ਜਿਹੜੀ ਸਾਡੀ ਹੁਣ ਚੱਲ ਰਹੀ ਉਹ ਭਾਵੇਂ ਈਸਵੀ ਸਨ 1 ਜਨਵਰੀ ਵਾਲਾ ਹੀ ਹੈ, ਉਹ ਵੀ ਮਨਾਓ, ਪਰ ਇਹ ਵੀ ਜ਼ਰੂਰ ਮਨਾਓ, ਇਹ ਬਾਣੀ ਅਨੁਸਾਰ ਨਵਾਂ ਸਾਲ। ਸੋ ਇਸ ਕਰਕੇ ਜਿੱਥੇ ਸੰਗਰਾਂਦ ਹੈ, ਚੇਤ ਦਾ ਮਹੀਨਾ ਸ਼ੁਰੂ ਹੋਇਆ ਮਨਾਇਆ ਸੀ, ਉੱਦਾਂ ਨੇ 14 ਤਰੀਕ ਨੂੰ ਨਵੇਂ ਸਾਲ ਦੀ ਵੀ ਸਤਸੰਗ ਦੀ ਪ੍ਰਾਰੰਭਤਾ ਹੋਈ ਸੀ। ਸਤਿਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਆਪਣੇ ਸਾਰਿਆਂ ਦੀ ਹਾਜ਼ਰੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰ 'ਤੇ ਪ੍ਰਵਾਨ ਹੋਵੇ ਜੀ। ਸਤਿਗੁਰੂ ਜੀ ਰਹਿਮਤ ਕਰਨ, ਇਹ ਸਤਸੰਗਤ ਕੁਝ ਸਿਮਰਨ ਭਜਨ, ਕੋਈ ਨਿਤਨੇਮ, ਕੋਈ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੇ ਦਰ ਘਰ ਦੀ ਸੇਵਾ ਇਹ ਪ੍ਰਾਪਤ ਹੋਈ ਰਹੇ, ਜਿਸ ਕਰਕੇ ਆਪਣਾ ਸੰਸਾਰ 'ਤੇ ਆਉਣਾ ਸਫਲਾ ਹੋਵੇ ਜੀ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਲੇਖਕ ਤਿਹਰਾ ਛੁੱਟੀਆਂ, ਖਨ ਖਨ ਭੂਲਣ ਹਾਰ ਬਖਸ਼ਣ ਹਾਰ ਬਖਸ਼ਲੈ, ਨਾਨਕ ਪਾਰ ਉਤਾਰ। ਵਾਹਿਗੁਰੂ ਜੀ ਕਾ ਖਾਲਸਾ।